ਸਾਥੀਓ ਸਵਾਗਤ ਹੈ ਆ ਨਵੀਂ ਵੀਡੀਓ ਵਿੱਚ। ਅੱਜ ਆਪਾਂ ਨੌਵੀਂ ਕਲਾਸ ਦਾ ਛੇਵਾਂ ਲੈਸਨ ਅੱਗੇ ਆਪਾਂ ਅਪਡੇਟ ਕਰਨ ਲੱਗੇ ਹਾਂ, ਜਿਹੜਾ ਕਿ ਸਾਡਾ ਲੈਸਨ ਹੈ ਟਿਸ਼ੂ। ਆਪਾਂ ਇੱਕ ਟੌਪਿਕ ਤੇ ਗੱਲ ਕੀਤੀ ਸੀ, ਨਾਈਨਥ ਕਲਾਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪੰਜਾਬੀ ਮੀਡੀਅਮ ਪੰਜਾਬੀ ਮੀਡੀਅਮ। ਹੁਣ ਆਪਾਂ ਅੱਜ ਅਸੀਂ ਗੱਲ ਕਰਨ ਲੱਗੇ ਹਾਂ, ਸਾਡਾ ਮੁੱਦਾ ਵਾ ਵੀ ਇੱਕ ਐਪੀਡਰਮਸ ਪਰਤ ਹੁੰਦੀ ਆ ਪਲਾਂਟ ਤੇ, ਐਪੀਡਰਮਸ ਨਾਂ ਦੀ ਪਰਤ ਹੁੰਦੀ ਆ ਐਪੀਡਰਮਸ। ਹੁਣ ਐਪੀਡਰਮਸ ਕੀ ਹੁੰਦੀ ਆ ਆਪਾਂ ਗੱਲ ਕਰਨ ਲੱਗੇ ਹਾਂ, ਇਹ ਜਿਹੜੀ ਆ ਨਾ ਪੌਦੇ ਵਿੱਚ ਹੁੰਦੀ ਆ। ਕਿੱਥੇ ਹੁੰਦੀ ਆ? ਪੌਦਿਆਂ ਚ ਬਾਹਰੀ ਪਰਤ ਹੁੰਦੀ ਆ, ਬਾਹਰੀ ਪਰਤ ਹੁੰਦੀ ਆ, ਉੱਥੇ ਸੈੱਲ ਹੁੰਦੇ ਆ ਜਿਹੜੇ ਉਹਨੂੰ ਐਪੀਡਰਮਿਸ ਦਾ ਨਾਂ ਦਿੱਤਾ ਜਾਂਦਾ ਵਾ। ਇਹਨਾਂ ਦਾ ਮੇਨ ਕੰਮ ਕੀ ਆ? ਪ੍ਰਦਾਨ ਕਰਦੀ ਆ ਸੁਰੱਖਿਆ। ਇਹਦਾ ਮੁੱਖ ਮੁੱਦਾ ਕੀ ਆ? ਸੁਰੱਖਿਆ ਪ੍ਰਦਾਨ ਕਰਨਾ, ਸੁਰੱਖਿਆ ਪ੍ਰਦਾਨ ਕਰਨਾ ਇਹਦਾ ਮੁੱਖ ਮੁੱਦਾ ਵਾ। ਆਮ ਤੌਰ ਤੇ ਕੀ ਹੁੰਦਾ ਵਾ, ਜਿਹੜੇ ਇਲਾਕੇ ਉਹ ਏਰੀਏ ਜਿੱਥੇ ਕੀ ਹੁੰਦਾ ਵਰਖਾ ਘੱਟ ਹੁੰਦੀ ਆ, ਵਰਖਾ ਘੱਟ ਹੁੰਦੀ ਆ, ਜਿਹੜੇ ਪੌਦੇ ਉੱਥੇ ਉੱਗਦੇ ਹਨ ਉਹਨਾਂ ਦੀ ਐਪੀਡਰਮਸ ਜਿਹੜੀ ਉਹ ਮੋਟੀ ਹੁੰਦੀ ਆ, ਉਹਨਾਂ ਦੀ ਸਾਰੀ ਸਤਹ ਜਿਹੜੀ ਐਪੀਡਰਮਸ ਦੀ ਬਣੀ ਹੁੰਦੀ ਆ। ਜਿਹੜੇ ਏਰੀਏ ਜਿੱਥੇ ਵਰਖਾ ਘੱਟ ਹੁੰਦੀ ਆ ਉੱਥੇ ਜ਼ਿਆਦਾਤਰ ਪੌਦੇ ਐਪੀਡਰਮਸ ਦੇ ਜ਼ਿਆਦਾ ਏਰੀਆ ਜਿਹੜਾ ਕਵਰ ਕੀਤਾ ਹੁੰਦਾ ਵਾ। ਹੁਣ ਆ ਜੋ ਮੋਟੀ ਹੁੰਦੀ ਆ ਗੱਲ, ਇਹਦਾ ਮੁੱਖ ਮੁੱਦਾ ਕੀ ਆ? ਜਿੱਦਾਂ ਕੋਈ ਬਾਹਰੀ ਹਮਲੇ ਹੁੰਦੇ ਆ ਪੌਦੇ ਤੇ, ਬਾਹਰੀ ਹਮਲੇ ਕਿਸੇ ਪ੍ਰੈਡੇਟਰ ਦੇ ਹੁੰਦੇ ਆ, ਪ੍ਰੈਡੇਟਰ ਦੇ ਹੋ ਸਕਦੇ ਆ, ਹਮਲਾਵਰ ਜਿਹੜਾ ਕੋਈ ਹੁੰਦਾ ਵਾ ਉਹਦੇ ਹੋ ਸਕਦੇ ਆ, ਹੋਰ ਕੋਈ ਜ਼ਿਆਦਾ ਕੋਈ ਕੰਡੀਸ਼ਨ ਅਨਫੇਵਰੇਬਲ ਪੀਰੀਅਡ ਆਉਂਦੇ ਆ, ਜ਼ਿਆਦਾ ਗਰਮੀ ਆ ਜਾਂਦੀ ਆ, ਠੀਕ ਆ ਜੀ, ਕੋਈ ਉੱਲੀ ਲੱਗਦੀ ਆ ਉਹਦਾ ਹਮਲਾ ਹੁੰਦਾ ਵਾ, ਉਹਦੇ ਵਾਸਤੇ ਇਹ ਇੱਕ ਵਧੀਆ ਪਰਤ ਪ੍ਰਦਾਨ ਕਰਦੀ ਆ। ਕੌਣ ਕਰਦੀ ਆ? ਐਪੀਡਰਮਸ, ਠੀਕ ਆ ਜੀ। ਹੁਣ ਅਗਲੀ ਗੱਲ, ਜਿਹੜੀ ਐਪੀਡਰਮਸ ਹੁੰਦੀ ਆ ਪੱਤਿਆਂ ਦੀ ਜਿਹੜੀ ਐਪੀਡਰਮਸ ਹੁੰਦੀ ਆ ਉਹਦੇ ਵਿੱਚ ਨਿੱਕੇ ਨਿੱਕੇ ਸੁਰਾਖ, ਜਿੱਦਾਂ ਆਹ ਮੰਨ ਲਓ ਐਪੀਡਰਮਸ ਦੀ ਲੇਅਰ ਇੱਦਾਂ ਬਣੀ ਹੁੰਦੀ ਆ, ਠੀਕ ਹੈ ਜੀ, ਇੱਦਾਂ ਬਣੀ ਹੁੰਦੀ ਆ, ਇੱਕ ਤਹਿ ਬਣੀ ਹੁੰਦੀ ਆ। ਇਹਦਾ ਜਿਹੜੀ ਪੱਤਿਆਂ ਦੀ ਹੁੰਦੀ ਆ ਨਾ, ਉਹਦੇ ਜਿਹੜੇ ਸੈੱਲ ਹੁੰਦੇ ਆ ਨਾ ਉਹਦੇ ਸੈੱਲ ਥੋੜੀ ਵਿੱਥ ਹੁੰਦੀ ਆ, ਵਿੱਚ ਨਿੱਕੀ ਨਿੱਕੀ ਵਿੱਥ ਹੁੰਦੀ ਆ, ਸਾਨੂੰ ਦੇਖਦੀ ਤਾਂ ਨਹੀਂ ਆ ਪਰ ਵਿੱਥ ਹੁੰਦੀ ਆ। ਉਹ ਛੋਟੇ ਛੋਟੇ ਪੋਰ ਹੁੰਦੇ ਆ, ਛੇਕ ਹੁੰਦੇ ਆ, ਜਿਹਨਾਂ ਨੂੰ ਆਪਾਂ ਕਹਿੰਦੇ ਆ ਸਟੋਮੈਟਾ, ਠੀਕ ਆ ਜੀ, ਸਟੋਮੈਟਾ। ਓਦਾਂ ਕੀ ਹੁੰਦਾ ਵਾ, ਆਮ ਤੌਰ ਤੇ ਪੌਦੇ ਵਿੱਚ ਜਿਹੜੀ ਐਪੀਡਰਮਸ ਹੁੰਦੀ ਆ ਉਹਦੇ ਜਿਹੜੇ ਕੋਈ ਵੀ ਸੁਰਾਖ ਨਹੀਂ ਹੁੰਦਾ, ਛੇਕ ਨਹੀਂ ਹੁੰਦਾ, ਤੇ ਬੜੀ ਟਾਈਟਲੀ ਸੈੱਲ ਜਿਹੜੇ ਨਾਲ ਲੱਗੇ ਹੁੰਦੇ ਆ, ਟਾਈਟਲੀ ਲੱਗੇ ਹੁੰਦੇ ਆ, ਕੋਈ ਸੁਰਾਖ ਕੋਈ ਕੁਛ ਨਹੀਂ ਹੁੰਦਾ, ਬਿਲਕੁਲ ਟਾਈਟਲੀ ਫਿੱਟ ਟਾਈਟਲੀ ਹੁੰਦੇ ਆ, ਠੀਕ ਆ ਜੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਜਾਂਦੇ। ਆਮ ਤੌਰ ਤੇ ਸੈੱਲ ਜਿਹੜੇ ਦੇ ਚਪਟੇ ਹੁੰਦੇ ਆ, ਠੀਕ ਹੈ ਜੀ, ਸੈੱਲ ਕਿਹਦੇ ਆ? ਚਪਟੇ ਹੁੰਦੇ ਆ, ਇੱਕ ਜਗ੍ਹਾ ਦੂਜੀ ਜਗ੍ਹਾ ਨਹੀਂ ਜਾਂਦੇ, ਇਸ ਲਈ ਇਹ ਸੁਰੱਖਿਆ ਪ੍ਰਦਾਨ ਬਹੁਤ ਵਧੀਆ ਕਰਦੇ ਆ। ਇੰਨੀ ਗੱਲ ਸਮਝ ਲੱਗ ਗਈ, ਸਟੋਮੈਟਾ ਹੁੰਦੇ ਆ। ਸਟੋਮੈਟਾ ਦਾ ਕੀ ਕੰਮ ਹੁੰਦਾ ਵਾ? ਮੈਂ ਡਾਇਗ੍ਰਾਮ ਰਫ ਡਰਾ ਕਰ ਰਿਹਾ ਵਾ, ਤੁਸੀਂ ਵਧੀਆ ਕਰ ਲੈਣੀ ਆ, ਮੈਂ ਤੁਹਾਨੂੰ ਸਿਰਫ ਮੇਰਾ ਮੁੱਦਾ ਸਮਝਾਉਣਾ ਵਾ। ਇਹ ਕਿਡਨੀ ਸ਼ੇਪਡ ਜਿਹੜੇ ਸੈੱਲ ਹੁੰਦੇ ਆ ਨਾ ਉਹ ਇੱਦਾਂ ਇੱਦਾਂ ਲੱਗੇ ਹੁੰਦੇ ਆ, ਠੀਕ ਆ ਜੀ, ਇਹਨੂੰ ਆਪਾਂ ਕਹਿੰਦੇ ਆ ਗਾਰਡ ਸੈੱਲ, ਗਾਰਡ ਸੈੱਲ। ਇਹ ਸੈੱਲਾਂ ਦਾ ਕੰਮ ਕੀ ਹੁੰਦਾ ਵਾ? ਇਹ ਪੱਤਿਆਂ ਚ ਹੁੰਦੇ ਆ, ਅਸੀਂ ਪੜ੍ਹਦੇ ਆ, ਜਿਹਨੂੰ ਆਪਾਂ ਕਹਿੰਦੇ ਆ ਫੋਟੋ ਸਿੰਥੇਸਿਸ, ਜਿਹਨੂੰ ਕਹਿੰਦੇ ਆ ਪ੍ਰਕਾਸ਼ ਸੰਸਲੇਸ਼ਨ, ਠੀਕ ਹੈ ਜੀ। ਇਹ ਉਹਦੇ ਵਿੱਚ ਸਹਾਇਤਾ ਕਰਦੇ ਆ, ਇੱਕ ਸਹਾਇਤਾ ਕਰਦੇ ਆ ਵਾਸ਼ਪ ਉਤਸਰਜਨ ਵਿੱਚ, ਇੱਕ ਤੇ ਆਹ ਕੰਮ ਸਹਾਇਤਾ ਕਰਦੇ ਆ, ਇੱਕ ਕਰਦੇ ਆ ਵਾਸ਼ਪ ਉਤਸਰਜਨ, ਵਾਸ਼ਪ ਉਤਸਰਜਨ ਵਿੱਚ ਸਹਾਇਤਾ ਕਰਦੇ ਆ। ਹੁਣ ਫੋਟੋਸਿੰਥੇਸਿਸ ਕੀ ਕਰਦੇ ਆ? ਗੈਸਾਂ ਦਾ ਆਦਾਨ ਪ੍ਰਦਾਨ ਕਰਦੇ ਆ। ਸਾਨੂੰ ਪਤਾ ਪੌਦੇ ਕਿਹੜੀ ਗੈਸ ਖਿੱਚਦੇ ਆ? ਜਿਹੜੀ ਆਪਾਂ ਛੱਡਣੇ ਆ, ਠੀਕ ਹੈ, ਆਪਾਂ ਗੈਸ ਕਿਹੜੀ
ਦਿੰਨੇ ਆ ਇਹਨਾਂ ਨੂੰ, ਇਥੋਂ ਕਿਹੜੀ ਗੈਸ ਨਿਕਲਦੀ ਹੈ ਬਾਹਰ, ਆਕਸੀਜਨ ਜਿਹੜੀ ਕੌਣ ਲੈਂਦਾ ਵਾ, ਮਨੁੱਖ ਕਿਹੜੀ ਗੈਸ ਦਿੰਦਾ ਵਾ ਇਹਨਾਂ ਨੂੰ, ਕਾਰਬਨ ਡਾਈਆਕਸਾਈਡ ਸਾਨੂੰ ਪਤਾ ਵਾ, ਕਾਰਬਨ ਡਾਈਆਕਸਾਈਡ ਜਮਾ ਸਨਲਾਈਟ ਤੇ ਐਚ ਟੂ ਓ ਪਾਣੀ, ਇਹ ਤਿੰਨੇ ਮਿਲ ਕੇ ਤੇ ਪੌਦੇ ਆਪਣਾ ਭੋਜਨ ਆਪ ਤਿਆਰ ਕਰਦੇ ਆ, ਜਿਹਨੂੰ ਕਹਿੰਦੇ ਆ ਪ੍ਰਕਾਸ਼ ਸੰਸਲੇਸ਼ਨ ਜਾਂ ਫੋਟੋ ਸਿੰਥਸਿਸ। ਫੋਟੋ ਦਾ ਮਤਲਬ ਪ੍ਰਕਾਸ਼ ਹੁੰਦਾ ਵਾ, ਸਿੰਥਸਿਸ ਦਾ ਮਤਲਬ ਹੈ ਬਣਾਉਣਾ, ਸੰਸਲੇਸ਼ਨ ਕਰਨਾ, ਉਹਨੂੰ ਮੈਨੂਫੈਕਚਰ ਕਰਨਾ ਕਿਹਨੂੰ, ਭੋਜਨ ਨੂੰ। ਇਹ ਸਾਡਾ ਮੁੱਦਾ ਇਹ ਹੋ ਗਿਆ, ਇੱਕ ਸਾਡਾ ਐਪੀਡੈਂਸ ਹੋ ਗਿਆ। ਹੁਣ ਆਪਾਂ ਜਾਂਦੇ ਹਾਂ ਨੈਕਸਟ ਟੋਪਿਕ ਵੱਲ, ਇਹਨੂੰ ਲਵ ਕਰ ਲਈਏ। ਕੁਸ਼ਚਨ ਕਾਰਕ, ਇਹਦੇ ਕਿਹੜੇ ਕੰਮ ਆ, ਇਹਦੇ ਦੋ ਮੁੱਖ ਕੰਮ ਆ। ਸਾਨੂੰ ਜਿਹੜੇ ਬੋਤਲਾਂ ਹੁੰਦੀਆਂ ਵਾ, ਤੁਸੀਂ ਪੈਕਿੰਗ ਵਾਲੀਆਂ ਬੋਤਲਾਂ ਵੇਖਿਆ ਹੋਣੀਆਂ, ਉਹਨਾਂ ਦੇ ਢੱਕਣ ਥੱਲੇ ਇੱਕ ਕੋਰਕ ਦਾ ਗੋਲ ਜਿਹਾ ਕੱਟ ਕੇ ਢੱਕਣ ਦੇ ਵਿੱਚ ਦਿੱਤਾ ਹੁੰਦਾ ਵਾ, ਮੇਰੇ ਕੋਲ ਹੈ ਨੀ ਆ, ਤੁਹਾਨੂੰ ਮੈਨੂੰ ਲੱਭ ਕੇ ਹੁਣੇ ਦੱਸਾਂ। ਤੇ ਉਹ ਜਿਹੜਾ ਵਾ ਕਿਉਂ ਦਿੱਤਾ, ਉਹਦੇ ਵਿੱਚ ਜਿਹੜਾ ਵਾ ਪਾਣੀ ਨਾ ਜਾਵੇ ਤੇ ਸੂਰਜ ਦੀ ਰੋਸ਼ਨੀ ਨਾ ਜਾਵੇ, ਉਹ ਜਿਹੜਾ ਅੰਦਰ ਜਿਹੜੀ ਵੀ ਪ੍ਰੋਡਕਟ ਪਾਇਆ ਸੇਫ ਰਵੇ, ਤਾਂ ਮੈਂ ਉਹਦਾ ਦੱਸ ਦਿੰਦਾ ਵਾ। ਆਹ ਵੇਖੋ ਆ ਬੋਤਲ ਆ, ਠੀਕ ਆ ਜੀ, ਇੱਥੇ ਢੱਕਣ ਲੱਗਾ ਵਾ, ਆਹ ਢੱਕਣ, ਢੱਕਣ ਦਾ ਖੋਲ ਲਈਏ, ਹਾਂਜੀ ਢੱਕਣ ਦਾ ਖੋਲ ਲਿਆ ਵਾ, ਇਹਦਾ ਦੇਖੇਗਾ ਉਹਦੇ ਢੱਕਣ ਦੇ ਅੰਦਰ ਵਾਰ, ਸੋਰੀ ਆਹ ਚੀਜ਼ ਹੋਣੀ, ਢੱਕਣ ਦੇ ਅੰਦਰ ਵਾਰ ਇੱਕ ਲੱਗਾ ਹੁੰਦਾ ਵਾ ਕਾਰਕ, ਇੱਥੇ ਲੱਗਾ ਹੁੰਦਾ ਕਾਰਕ। ਇਹਦੇ ਕੰਮ ਕੀ ਆ, ਪਹਿਲੇ ਨੰਬਰ ਕੀ ਆ, ਇਹਦੇ ਸੈੱਲ ਕੀ ਹੁੰਦੇ ਆ, ਜਿੰਨੇ ਵੀ ਇਹਦੇ ਸੈੱਲ ਹੁੰਦੇ ਆ ਉਹ ਕੀ ਹੁੰਦੇ ਆ, ਡੈਡ ਹੁੰਦੇ ਆ। ਡੈਡ ਹੋਣ ਦੀ ਵਜ੍ਹਾ ਤੋਂ ਇਹ ਆਪਣੀ ਜਗ੍ਹਾ ਨਹੀਂ ਛੱਡਦੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਜਾਂਦੇ, ਜਗ੍ਹਾ ਤੋਂ ਦੂਜੀ ਜਗ੍ਹਾ ਨਹੀਂ ਜਾਂਦੇ, ਤੇ ਕੀ ਰਹਿੰਦੇ ਆ, ਇੰਟੈਕਟ, ਇੰਟੈਕਟ ਰਹਿੰਦੇ ਆ, ਇਕੱਠੇ ਰਹਿੰਦੇ ਆ, ਮਿਲ ਕੇ ਰਹਿੰਦੇ ਆ, ਨੇੜੇ ਨੇੜੇ ਰਹਿੰਦੇ ਆ, ਤੇ ਉਹਨੂੰ ਸੇਫਟੀ ਪ੍ਰਦਾਨ ਕਰਦੇ ਆ। ਇਹਦੇ ਕਰਕੇ ਜਿਹੜਾ ਵਾ ਉਹ ਟਾਈਟ ਏਅਰ ਟਾਈਟ ਜਿਹੜਾ ਵਾ ਚੈਂਬਰ ਦੇ ਤੌਰ ਤੇ ਕੰਮ ਕਰਦਾ ਵਾ। ਨੰਬਰ ਦੋ ਤੇ ਕੀ ਆ, ਉਹਦੇ ਵਿੱਚ ਇੱਕ ਕੈਮੀਕਲ ਹੁੰਦਾ ਵਾ, ਉਹਨੂੰ ਕਹਿੰਦੇ ਸੁਬੇਰੀਨ, ਸੁਬੇਰੀਨ ਨਾਂ ਦਾ ਇੱਕ ਕੈਮੀ ਹੁੰਦਾ ਵਾ, ਇੱਕ ਚੀਜ਼ ਹੁੰਦੀ, ਇੱਕ ਪਦਾਰਥ ਹੁੰਦਾ ਵਾ, ਇੱਕ ਸਾਇਨਿਕ ਪਦਾਰਥ ਤੇ ਨਹੀਂ ਕਹਿ ਸਕਦੇ, ਇੱਕ ਪਦਾਰਥ ਹੁੰਦਾ ਵਾ ਇਹੋ ਜਿਹਾ, ਜਿਹੜਾ ਕੀ ਕਰਦਾ ਵਾ ਇਹਨੂੰ ਉਹਦੇ ਤੋਂ ਬਚਾਉਂਦਾ ਵਾ, ਪਾਣੀ ਤੋਂ ਜਮਾ ਏਅਰ ਤੋਂ ਪ੍ਰੂਫ ਕਰ ਦਿੰਦਾ ਵਾ, ਇਹਨੂੰ ਏਅਰ ਪ੍ਰੂਫ ਕਰ ਦਿੰਦਾ ਵਾ, ਇਹਨੂੰ ਵਾਟਰ ਪ੍ਰੂਫ ਕਰ ਦਿੰਦਾ ਵਾ। ਸੁਬੇਰੀਨ ਨਾਂ ਦਾ ਇੱਕ ਪਦਾਰਥ, ਇਹ ਆ ਸਥਾਈ ਟਿਸ਼ੂ ਦੀ, ਸਥਾਈ ਟਿਸ਼ੂ ਦੀ। ਸੋ ਸਥਾਈ ਟਿਸ਼ੂ ਕਿੰਨੀ ਪ੍ਰਕਾਰ ਦੇ ਹੁੰਦੇ ਆ, ਇਹ ਸਾਡੇ ਕੋਲ ਹੁੰਦੇ ਆ ਦੋ ਪ੍ਰਕਾਰ ਦੇ। ਨੰਬਰ ਸਾਡੇ ਕੋਲ ਇੱਕ ਆ ਜਾਂਦਾ ਵਾ ਸਰਲ, ਜਿਹੜਾ ਸਿੰਪਲ ਆ, ਇਹ ਹੁੰਦਾ ਗੁੰਝਲਦਾਰ, ਜਿਹਨੂੰ ਜਟਲ ਕੰਪਲੈਕਸ ਵੀ ਕਹਿ ਸਕਦੇ ਆ, ਇਹ ਸਿੰਪਲ ਹੁੰਦਾ ਵਾ। ਹੁਣ ਸਰਲ ਕਿੰਨੀ ਪ੍ਰਕਾਰ ਦੇ ਆ, ਸਰਲ ਗਾਂਹ ਤਿੰਨ ਪ੍ਰਕਾਰ ਦੇ ਆ ਜੀ, ਇਹਦੇ ਚ ਕੀ ਆ ਜਾਂਦਾ ਵਾ, ਇਹਦੇ ਚ ਆ ਜਾਂਦਾ ਵਾ ਕੋਲਨ ਕੈਮ, ਪੇਰਨ ਕੈਮ ਲੈ, ਪਹਿਲਾਂ ਲੈ ਲਓ ਪੇਰਨ ਕਾਇਮਾ, ਹੁਣ ਲਿਖ ਲਓ ਕੋਲਨ ਕਾਇਮਾ, ਨੰਬਰ ਤੇਰ ਤੇ ਆ ਜਾਂਦਾ ਸਕਲੈਰਨ ਕਾਇਮਾ। ਸਾਡੇ ਗੁੰਝਲਦਾਰ ਹੁੰਦੇ ਆ ਦੋ ਪ੍ਰਕਾਰ ਦੇ, ਇਹ ਸਾਨੂੰ ਪਤਾ ਵਾ, ਜਾਈਲਮ ਤੇ ਫਲੋਇਮ, ਜਾਈਲਮ ਐਂਡ ਫਲੋਇਮ, ਇਹ ਸਾਡੇ ਕੋਲ ਇਹਦੀ ਇੱਕ ਸਿਮਟਰੀ ਆ, ਇਹਨੂੰ ਯਾਦ ਰੱਖਣਾ ਵੀ ਆਪਣੇ ਦਿਮਾਗ ਵਿੱਚ। ਸਭ ਤਿੰਨ ਪ੍ਰਕਾਰ ਦੇ, ਪੇਰਨ ਕਾਇਮਾ, ਕੋਲਨ ਕਾਇਮਾ, ਸਕਲੈਰਨ ਕਾਇਮਾ, ਗੁੰਝਲਦਾਰ ਦੋ ਪ੍ਰਕਾਰ ਦੇ, ਜਾਈਲਮ ਐਂਡ ਫਲੋਇਮ। ਜਿਹੜਾ ਪੇਰਨ ਕਾਇਮਾ ਵਾ ਇਹ ਪੌਦੇ ਦੇ ਸਾਰੇ ਭਾਗਾਂ ਚ ਹੁੰਦਾ ਵਾ, ਜਿਵੇਂ ਇੱਕ ਪੌਦੇ ਦੇ ਕਿੰਨੇ ਭਾਗ ਹੋ ਸਕਦੇ ਆ, ਜੜਾਂ,
पत्तियां तना फल फुल ठीक है जी। ते ये प्राइड हुंदा वा इन्हां सारे विच ते इहदी सैलां विच जगह जिहड़ी है काफी खाली हुंदी है। इहदे सैलां विच जिहड़ी आपसी जगह वा सैलां विच आपसी जिहड़ी जगह हुंदी आ काफी खाली हुंदी है, काफी खाली हुंदी है। अगे आ जाओ कॉलन कैमा, कॉलन कैमा हुंदा वा पत्ते दी जिहड़ी हुंदी आ पत्ता पत्ता हुंदा वा पत्ते दी डंडी दे जिहड़े डंडी विच हुंदा वा एपीडर्मस, एपी डर्मस ओहदे थले हुंदा वा, ओहदे थले हुंदा वा ते इहदे विच जिहड़ी जगह आ उल्ट हुंदा बिलकुल जगह खाली नहीं हुंदी। दूजा पॉइंट आ वी जगह जिहड़ी आ खाली नहीं हुंदी ठीक है जी। इन सैल की हुंदे आ जीवत हुंदे आ, जीवत हुंदे आ होर लंबे हुंदे आ किते किते किनारियां तो मोटे भी हुंदे आ, किनारियां तो मोटे भी हुंदे आ किहदे हुंदे आ कॉलन कायमा दे। अगे आ जो स्कलेरन कायमा दे, जिहड़ा स्कलेरन कायमा वा इहदा मेन काम की आ मजबूती लचकीलापन प्रदान करदे आ, पौद्यां नूं यंत्रिक सहायता प्रदान करदे आ प्लांट नूं। इहदा इह काम हो गया। हुण गुंझलदार सैल दो ही हुंदे तां दस्सिया, जाइलम ते फ्लोएम टिशू हुंदे दो ही, इह तणे च हुंदे आ, इह वी तणे च हुंदा वा। जाइलम दा की काम आ, जल नूं जड़ां तों लै के ते पत्तियां तक जां टाहणी तक पहुंचाउणा ते थ्रू स्टोम अपने स्टैम तणा जिहनूं कहिंदे आ। ते जाइलम ने जल खड़ना तरीका ते फ्लोएम ने की करना भोजन ते खनिज पदार्थ। ਸਾਡੇ ਕੋਲ ਟੋਪਿਕ ਹੋ ਗਿਆ ਸਥਾਈ ਟਿਸ਼ੂ ਹੋ ਗਿਆ ਵਾ, ਸਾਡੇ ਕੋਲ ਐਪੀਡਰਮਸ ਹੋ ਗਿਆ ਵਾ, ਇੱਕ ਕੋਰਕ ਹੋ ਗਿਆ ਵਾ। ਇਹਨੂੰ ਪੜ੍ਹੋ ਚੰਗੀ ਤਰ੍ਹਾਂ ਤੇ ਜ਼ਿੰਦਗੀ ਆ ਉਹ ਵਧੀਆ ਬਣਾਓ। ਕੁਛ ਸਮਝ ਨਾ ਲੱਗੇ ਤੇ ਉਹਨੂੰ ਕਮੈਂਟ ਕਰਿਓ ਤੇ ਹੱਸਦੇ ਰਹੋ ਵੱਸਦੇ ਰਹੋ ਤੇ ਆਪਣੀ ਜ਼ਿੰਦਗੀ ਦੀਆਂ ਮੰਜ਼ਲਾਂ ਪੂਰੀਆਂ ਪੂਰੀਆਂ ਕਰਦੇ ਰਹੋ। ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਨ੍ਹਾਂ ਨੇ ਹੁਣ ਮੇਰਾ ਪਹਿਲੀ ਵਾਰੀ ਖੋਲਿਆ ਚੈਨਲ ਸਬਸਕ੍ਰਾਈਬ ਕਰ